ਆਪਣੇ ਗਵਾਂਡੀ ਮੁਲਕ ਕੈਨੇਡਾ ਤੋਂ ਇੱਕ ਬੜੀ ਸ਼ੌਕਿੰਗ ਨਿਊਜ਼ ਆ ਰਹੀ ਹੈ ਕਹਿੰਦੇ ਭੀ 8 3 ਗਰਲਸ ਜਿਨ੍ਹਾਂ ਦੀ ਉਮਰ ਜਿਨ੍ਹਾਂ ਦੀ ਤਿੰਨਾਂ ਜਣੀਆਂ ਦੀ ਉਮਰ 13 ਸਾਲ ਆ ਤਿੰਨਾਂ ਦੀ 14 ਸਾਲ ਤੇ ਦੋ ਜਣੀਆਂ ਦੀ 16 ਸਾਲ ਉਹਨਾਂ ਨੂੰ ਚਾਰਜ ਕੀਤਾ ਗਿਆ ਭੀ ਉਹਨਾਂ ਨੇ ਇੱਕ 59 ਸਾਲਾਂ ਦੇ ਮੈਨ ਨੂੰ ਆ ਬੰਦੇ ਨੂੰ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤਾ ਹੈਗਾ ਇਹ ਟ੍ਰਾਂਟੋ ਦੀ ਪੁਲਿਸ ਨੇ ਦੱਸਿਆ ਹੈ ਇਨਵੈਸਟੀਗੇਟਰਸ ਨੇ ਇਹ ਦੱਸਿਆ ਹੈ ਕਿ ਇਹ ਸਾਰੀਆਂ ਜਿਹੜੀਆਂ ਬੱਚੀਆਂ ਸੀਗੀਆਂ 16 ਸਾਲ ਤੋਂ ਥੱਲੇ ਵਾਲੀਆਂ ਲੜਕੀਆਂ ਆ ਇਹ ਸੋਸ਼ਲ ਸਾਈਡ ਦੇ ਰਾਹੀਂ ਇਸ 59 ਸਾਲਾਂ ਦੇ ਬੰਦੇ ਨੂੰ ਮਿਲੀਆਂ ਤੇ ਟ੍ਰਾਂਟੋ ਦੀ ਪੁਲਿਸ ਸਰਵਿਸ ਦੇ ਹੋਮੋਸਾਈਡ ਸਕੁਆਰ ਨੇ ਦੱਸਿਆ ਤੇ ਇਹ ਜੋ ਲੜਕੀਆਂ ਸੀਗੀਆਂ ਇਹਨਾਂ ਨੇ ਉਸ ਬੰਦੇ ਨੂੰ ਮਿਲ ਕੇ ਉਹਦੇ ਘਰ ਦੇ ਵਿੱਚ ਚਾਕੂ ਮਾਰ ਕੇ ਜਿਹੜਾ ਮਾਰ ਦਿੱਤਾ ਆ ਸੋ ਉੱਥੇ ਦੇ ਜਿਹੜੇ ਪੁਲਿਸ ਚੀਫ ਆ ਕਹਿੰਦਾ ਵੀ ਬੜੀ ਸ਼ੌਕਿੰਗ ਨਿਊਜ਼ ਇਸ ਕਰਕੇ ਆ ਵੀ ਜਿਹੜੇ ਕਤਲ ਕਰਨ ਵਾਲੀਆਂ ਆ ਤਿੰਨ ਜਣਿਆਂ ਦੀ 13 ਸਾਲ ਦੀ ਉਮਰ ਤਿੰਨਾਂ ਦੀ 14 ਆ ਤੇ ਦੂਹ ਦੀ 16 ਸਾਲ ਆ ਸੋ ਕਹਿੰਦੀ ਇਸ ਤੋਂ ਪਹਿਲਾਂ ਟੋਰਾਂਟੋ ਦੇ ਵਿੱਚ ਕਈ ਸਾਲ ਪਹਿਲਾਂ ਇੱਕ ਜੰਗ ਜਿਹੜੇ 3 ਬੁਆਏ ਸੀ ਉਹਨਾਂ ਨੇ ਇਦਾਂ ਦਾ ਕਤਲ ਕੀਤਾ ਸੀ ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਦਾਂ ਦਾ ਕਤਲ ਆ ਉਹ ਬੜਾ ਸ਼ੌਕ ਵੇਵਸ ਆ ਪੁਲਿਸ ਦੇ ਵਿੱਚ ਵੀ ਇੰਨੀ ਛੋਟੀ ਉਮਰ ਦੇ ਜਿਹੜੇ ਕੁੜੀਆਂ ਆ ਇਹ ਕਤਲ ਕਰ ਸਕਦੀਆਂ ਹੈਗੀਆਂ ਜੇ ਇਸ ਖਬਰ ਨੇ ਸਾਰਿਆਂ ਨੂੰ ਜਿਹੜਾ ਆ ਝੰਜੋੜ ਕੇ ਜਿਹੜਾ ਉਹ ਰੱਖ ਦਿੱਤਾ ਵੀ ਅੱਗੇ ਕੀ ਕਿਦੜਲੇ ਪਾਸੇ ਤੱਕ ਜਿਹੜਾ ਇਹ ਕੰਮ ਆ ਉਹ ਜਾਰੀ ਹੈਗਾ ਆਪਣੀ ਗਵਾਂਡੀ ਮੁਲਕ ਕੈਨੇਡਾ ਤੋਂ ਇੱਕ ਬੜੀ ਸ਼ੌਕਿੰਗ ਨਿਊਜ਼ ਆ ਰਹੀ ਹੈ ਕਹਿੰਦੇ ਵੀ 8 3 ਗਰਲਸ ਜਿਨ੍ਹਾਂ ਦੀ ਉਮਰ ਜਿਨ੍ਹਾਂ ਦੀ ਤਿੰਨਾਂ ਜਣੀਆਂ ਦੀ ਉਮਰ 13 ਸਾਲ ਤਿੰਨਾਂ ਦੀ 14 ਸਾਲ ਤੇ ਦੋ ਜਣਿਆਂ ਦੀ 16 ਸਾਲ ਉਹਨਾਂ ਨੂੰ ਚਾਰਜ ਕੀਤਾ ਗਿਆ ਹੈ ਕਿ ਉਹਨਾਂ ਨੇ ਇੱਕ 59 ਸਾਲਾਂ ਦੇ ਮੈਨ ਨੂੰ ਆ ਬੰਦੇ ਨੂੰ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤਾ ਹੈਗਾ ਇਹ ਟ੍ਰਾਂਟੋ ਦੀ ਪੁਲਿਸ ਨੇ ਦੱਸਿਆ ਹੈ ਇਨਵੈਸਟੀਗੇਟਰਸ ਨੇ ਇਹ ਦੱਸਿਆ ਕਿ ਇਹ ਸਾਰੀਆਂ ਜਿਹੜੀਆਂ ਬੱਚੀਆਂ ਸੀਗੀਆਂ 16 ਸਾਲ ਤੋਂ ਥੱਲੇ ਵਾਲੀਆਂ ਲੜਕੀਆਂ ਆ ਇਹ ਸੋਸ਼ਲ ਸਾਈਡ ਦੇ ਰਾਹੀਂ ਇਸ 59 ਸਾਲਾਂ ਦੇ ਬੰਦੇ ਨੂੰ ਮਿਲੀਆਂ ਤੇ ਟ੍ਰਾਂਟੋ ਦੀ ਪੁਲਿਸ ਸਰਵਿਸ ਦੇ ਹੋਮੋਸਾਈਡ ਸਕੁਆਇਰ ਨੇ ਦੱਸਿਆ ਤੇ ਇਹ ਜੋ ਲੜਕੀਆਂ ਸੀਗੀਆਂ ਇਹਨਾਂ ਨੇ ਉਸ ਬੰਦੇ ਨੂੰ ਮਿਲ ਕੇ ਉਹਦੇ ਘਰ ਦੇ ਵਿੱਚ ਚਾਕੂ ਮਾਰ ਕੇ ਜਿਹੜਾ ਮਾਰ ਦਿੱਤਾ ਆ ਸੋ ਉੱਥੇ ਦੇ ਜਿਹੜੇ ਪੁਲਿਸ ਸ਼ੀਫ ਆ ਕਹਿੰਦਾ ਵੀ ਬੜੀ ਸ਼ੌਕਿੰਗ ਨਿਊਜ਼ ਇਸ ਕਰਕੇ ਆ ਵੀ ਜਿਹੜੇ ਕਤਲ ਕਰਨ ਵਾਲੀਆਂ ਆ ਤਿੰਨ ਜਣਿਆਂ ਦੀ 13 ਸਾਲ ਦੀ ਉਮਰ ਆ ਤਿੰਨਾਂ ਦੀ 14 ਆ ਤੇ ਦੋਹਾਂ ਦੀ 16 ਸਾਲ ਆ ਸੋ ਕਹਿੰਦੇ ਇਸ ਤੋਂ ਪਹਿਲਾਂ ਟੋਰਾਂਟੋ ਦੇ ਵਿੱਚ ਕਈ ਸਾਲ ਪਹਿਲਾਂ ਇੱਕ ਜੰਗ ਜਿਹੜੇ 3 ਬੁਆਏ ਸੀ ਉਹਨਾਂ ਨੇ ਇਦਾਂ ਦਾ ਕਤਲ ਕੀਤਾ ਸੀ ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਦਾਂ ਦਾ ਕਤਲ ਆ ਓਹੋ ਬੜਾ ਸ਼ੌਕ ਵੇਵਸ ਆ ਪੁਲਿਸ ਦੇ ਵਿੱਚ ਵੀ ਇੰਨੀ ਛੋਟੀ ਉਮਰ ਦੇ ਜਿਹੜੇ ਕੁੜੀਆਂ ਆ ਇਹ ਕਤਲ ਕਰ ਸਕਦੀਆਂ ਹੈਗੀਆਂ ਜੇ ਇਸ ਖਬਰ ਨੇ ਸਾਰਿਆਂ ਨੂੰ ਜਿਹੜਾ ਆ ਝੰਜੋੜ ਕੇ ਜਿਹੜਾ ਉਹ ਰੱਖ ਦਿੱਤਾ ਵੀ ਅੱਗੇ ਕੀ ਕਿੱਧਰਲੇ ਪਾਸੇ ਤੱਕ ਜਿਹੜਾ ਇਹ ਕੰਮ ਆ ਉਹ ਜਾ ਰਿਹਾ ਹੈਗਾ